ਅਸਲਾਮ ਵਾਲੇਕਮ, ਤੁਹਾਡਾ ਵੀਰ ਸ਼ਫਕਤ ਬਾਰੀ, ਮੈਂ ਸਦਕੇ ਮੈਂ ਵਾਰੀ। ਅਜ਼ੀਜ਼ਾਂ ਨੇ ਮਨ ਵੱਡਿਆਂ ਦੇ ਵੀ ਸੋਨਾ ਗੜਾਈਓ ਮੰਗਾ ਨਹੀਂ ਹੁੰਦਾ, ਪੁਰਾਣਾ ਬੂਹੇ 'ਤੇ ਆਵੀ ਰਾਜ਼ੀ ਆਉਂਦੀ। ਉਹ ਤੇਰੀ ਚਾਹ ਰੋਟੀ ਦਾ ਭੁੱਖਾ ਨਹੀਂ ਹੁੰਦਾ, ਆਦੀ ਕਿਸਮਤ ਨਾਲ ਲਿਆਉਂਦਾ। ਸਿਆਣੇ ਆਉਂਦੇ ਨਾ ਵੀ 100 ਕੋ ਬੰਦਾ ਮਰ ਜਾਦੀ ਦਾ ਦੁੱਧ ਪੀਂਦਾ, ਮੱਥੇ 'ਤੇ ਵੱਟ ਨਾ ਪਾਵੀਂ, ਰੁੱਖਾ ਬੋਲੀ ਨਾ। ਆਏ ਆਪਾਂ ਰੋਜ਼ ਦਿਹਾੜੇ ਵੇਖੀ ਜਾਂਦੇ ਆਸੇ ਪਾਸੇ ਵੀ ਬੰਦਿਆਂ ਨੇ 5-5, 7-7 ਮੱਝਾਂ ਬੂਹਿਆਂ 'ਤੇ ਵਧੀਆਂ ਹੋਈਆਂ ਨੇ, ਦੁੱਧ ਲੱਸੀ ਮੱਖਣ ਵੀ ਖਾਧੀ ਜਾਂਦੇ ਨੇ, ਅਤੇ ਅੰਦਰੋਂ ਬਾਹਰੋਂ ਰੁੱਖੇ ਵੀ ਹੈ। ਉਹ ਸਿਆਣੇ ਆਉਂਦੇ ਨੇ ਮਿੱਟੀ ਮਿੱਟੀ ਦਾ ਫਰਕ ਹੁੰਦਾ, ਔਕੇ ਦਾ ਫੁੱਲ ਹੈ ਆਪਾਂ ਨੇ ਸੁਰਾ ਸਿੰਘ ਦਾ, ਅੱਗ ਤੰਬਾਕੂ ਚੰਗਾ ਟਿਕਦਾ, ਮਿੱਟੀ ਇਹਨੂੰ ਚੰਗੀ ਲੱਗੀ, ਕਈਆਂ ਨੂੰ ਐਡੀ ਭੈੜੀ ਲੱਗੀ ਮਿੱਟੀ, ਬਈ ਸੁਭਾਅ ਹੀ ਕੋਈ ਨਹੀਂ। ਬੋਲਣ ਦਾ ਸੁਭਾਅ ਕੀ ਹੋਣਾ ਵੀ ਵੇਖਣੀ ਇੰਨੀ ਭੈੜੀ ਹੈ। ਸਿਆਣਿਆਂ ਦੇ ਨਹੀਂ ਜੇ ਬੰਦੇ ਥੁੱਕ ਵੀ ਘਰ ਜਾ ਸੁੱਟਦੇ ਨੇ ਵੀ ਕੁੱਕੜੀ ਖਾ ਲਵੇ, ਅਤੇ ਮੈਂ ਤੈਨੂੰ ਦੱਸਾਂ ਮਾਣ ਨਾ ਕਰੀ ਇਹ ਪਰਛਾਵਾਂ ਹੀ। ਇੱਥੇ ਉਹ ਗੱਲ ਮੀਆਂ ਬਣੀ ਪਈ ਹੈ ਵੀ ਕੋਈ ਬੰਦਾ ਸੀ ਅਤੇ ਵੰਡ ਆ ਗਿਆ, ਹਟਿਆ ਹੋਇਆ ਉਹਨੂੰ ਭੁੱਖ ਲੱਗ ਪਈ, ਰੇਤਲਾ ਇਲਾਕਾ ਸੀ, ਹੋਰ ਤਾਂ ਕਈ ਛਾਇਆ ਹੀ ਕੋਈ ਨਹੀਂ, ਵੇਖਿਆ ਤਾਂ ਦਵਾਣਿਆਂ ਦਾ ਵਾੜਾ ਖਲੋਤਾ ਸੀ, ਬੋੜੀ ਤੂੰ ਲੱਥਾ ਅਗਾਂ ਮਾਲਕ ਕੋਈ ਨਹੀਂ। ਉਹਨੇ ਦਵਾਣਾ ਲੈ ਲਿਆ ਵੀ ਮਾਲਕ ਆਇਆ ਤਾਂ ਪੈਸੇ ਦੇਵਾਂਗਾ, ਉਹਨੇ ਦਵਾਣਾ ਵੀ ਤੋੜ ਲਿਆ ਤੂੰ ਤੂੰ ਮਾਲਕ ਵੀ ਆ ਗਿਆ। ਉਹ ਐਡਾ ਘੋੜੀ ਬੁਰਛੀ ਵਾਲਾ ਆ, ਉਹਨੇ ਉਹਦਾ ਰੇਤ ਦਾ ਬੁੱਕ ਭਰਿਆ ਅਤੇ ਦਵਾਣੇ 'ਚ ਪਾ ਛੱਡਿਆ, ਬੜਾ ਗੁੱਸਾ। ਪਰ ਉਹ ਅੱਲਾ ਪੁੱਜ ਦੇਵੇ ਅਤੇ ਮੁੜ ਹੌਸਲਾ ਵੀ ਦਿੰਦਾ। ਉਹ ਜਾਂਦਿਆਂ ਆਪਦਾ ਪਤਾ ਦੱਸ ਗਿਆ ਵੀ ਕੋਖਾ ਵੇਲਾ ਆਵੀ ਅਤੇ ਮੈਨੂੰ ਟੱਕਰੀ, ਉਹ ਕਈ ਡੰਗ ਪਏ ਨਾ ਅਤੇ ਟੁਕਰੂ ਤੰਗ ਹੋ ਗਿਆ। ਉਹ ਗਿਆ ਉਹਦੇ ਕੋਲ, ਉਹਨੂੰ ਵੇਖ ਕੇ ਹੱਸਿਆ, ਦੋ ਮੁਲਾਜ਼ਮਾਂ ਨੂੰ ਉਹਦੀ ਖਾਤਰਦਾਰੀ 'ਤੇ ਲਾ ਛੱਡਿਆ ਵੀ ਦੇਣ ਦੀ ਖਾਤਰਦਾਰੀ ਕੀਤੀ ਕਰੋ ਅਤੇ ਰਾਤੀ ਇਹਨੂੰ ਇਕੱਲੇ ਕੋਠੇ ਸਵਾਇਆ ਕਰੋ। ਉਹ ਕਦੋਂ 7ਵਾਂ ਡੰਗ ਹੋਇਆ ਨਾ, ਉਹ ਮੁਲਾਜ਼ਮ ਗਏ ਉਠਾਵਣ ਅਤੇ ਉਹ ਹੈਗਾ ਮਰਿਆ ਪਿਆ। ਉਹ ਆਏ ਤਾਂ ਉਹਨਾਂ ਦੱਸਿਆ ਵੀ ਚੋਰੀ ਤੇਰਾ ਪੁਰਾਣਾ ਮਰਿਆ ਪਿਆ, ਚੋਰੀ ਮੁੜ ਹੱਸਿਆ। ਉਹਨਾਂ ਕਿਹਾ ਵੀ ਚੋਰੀ ਉਹ ਆਇਆ ਅਤੇ ਤੂੰ ਹੱਸਿਆ, ਹੁਣ ਉਹ ਮਰ ਗਿਆ ਅਤੇ ਤੂੰ ਹੱਸਦਾ ਪਿਆ, ਗੱਲ ਕੀ ਹੈ? ਉਹ ਆਉਂਦਾ ਵੀ ਚੰਗੀ ਤਾਂ ਇਹਨੇ ਨਹੀਂ ਕੀਤੀ, ਪਰ ਮੁੜ ਵੀ ਸ਼ਾਬਾਸ਼ ਹੀ ਕਿਸਮਤ ਇਹਨੂੰ ਲੈ ਆਈ, ਅਤੇ ਇਹਦੀਆਂ 6 ਪੀੜ੍ਹੀਆਂ ਦੇ ਵਿੱਚ ਹੀ ਕੁਝ ਨਹੀਂ ਆ, ਅੱਜਾ ਅਜਾ ਆ ਕੇ ਨਾ ਅਤੇ 7ਵੀਂ ਪੀੜ੍ਹੀ ਦੇ ਵਿੱਚ ਮਾੜੀ ਜਿਹੀ ਗੈਰਤ ਸੀ, ਅਖੇ ਉਸੇ ਗੈਰਤ ਨਾਲ ਹੀ ਮਾਰ ਗਿਆ।